ਹੁਣੇ ਹੁਣੇ ਇੱਕ ਵੱਡਾ ਧਮਾਕਾ ਹੋਇਆ ਜਿਸ ਦੇ ਨਾਲ ਧਰਤੀ ਕੰਬੀ ਹੈ ਤੇ ਲੋਕਾਂ ਦੇ ਵਿੱਚ ਵੀ ਭਾਜੜਾਂ ਪਈਆਂ ਨੇ। ਦੱਸ ਦਈਏ ਕਿ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੈ। ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੈ ਤਾਂ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਜਿਸ ਦੇ ਨਾਲ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਸਨਸਨੀ ਫੈਲ ਗਈ ਹੈ। ਹਾਲਾਂਕਿ ਇਸ ਬਲਾਸਟ ਦੇ ਵਿੱਚ ਇੱਕ ਵਿਅਕਤੀ ਵੀ ਝੁਲਸਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਰੇਲਵੇ ਫਾਟਕ ਦੇ ਉੱਤੇ ਇਹ ਬਲਾਸਟ ਹੋਇਆ ਜਿਸ ਦੇ ਕਾਰਨ ਜੋ ਗੇਟਮੈਨ ਹੈ ਉਹ ਬੁਰੇ ਤਰੀਕੇ ਦੇ ਨਾਲ ਝੁਲਸਿਆ ਤੇ ਉਸਦੇ ਵੀ ਕਿਹਾ ਜਾ ਰਿਹਾ ਕਿ ਗੰਭੀਰ ਸੱਟਾਂ ਲੱਗੀਆਂ ਨੇ। ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਰੇਲਵੇ ਫਾਟਕ ਦੇ ਉੱਤੇ ਜ਼ਬਰਦਸਤ ਬਲਾਸਟ ਹੋਇਆ। ਕਿਹਾ ਜਾ ਰਿਹਾ ਕਿ ਪੰਛੀਆਂ ਨੂੰ ਭਜਾਉਣ ਦੇ ਲਈ ਪੋਟਾਸ ਰੱਖੀ ਹੋਈ ਸੀ, ਉਸ ਪੋਟਾਸ ਦੇ ਵਿੱਚ ਅਚਾਨਕ ਹੀ ਬਲਾਸਟ ਹੁੰਦਾ ਜਿਸ ਦੇ ਕਾਰਨ ਗੇਟਮੈਨ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਹੈ। ਤੇ ਦੱਸ ਦਈਏ ਕਿ ਮੌਕੇ ਦੇ ਉੱਤੇ ਹੁਣ ਫੋਰੈਂਸਿਕ ਟੀਮਾਂ ਪਹੁੰਚੀਆਂ ਨੇ, ਪੁਲਿਸ ਪ੍ਰਸ਼ਾਸਨ ਪਹੁੰਚਿਆ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਬਲਾਸਟ ਹੋਇਆ ਕਿਵੇਂ ਹੈ। ਜੇਕਰ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਦੀ ਤਾਂ ਹਾਲ ਹੀ ਦੇ ਦਿਨਾਂ ਦੇ ਵਿੱਚ ਇਸੇ ਥਾਂ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਇੱਕ ਟ੍ਰੇਨ ਬਿਨਾਂ ਡਰਾਈਵਰ ਤੋਂ ਪਹੁੰਚਦੀ ਹੈ। ਹਾਲਾਂਕਿ ਉਹ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ, ਪਰ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਰੇਲਵੇ ਪ੍ਰਸ਼ਾਸਨ ਸੁਰਖੀਆਂ ਦੇ ਵਿੱਚ ਆਇਆ। ਦੱਸ ਦਈਏ ਕਿ ਇੱਕ ਰੇਲਵੇ ਫਾਟਕ ਦੇ ਉੱਤੇ ਅਚਾਨਕ ਹੀ ਬਲਾਸਟ ਹੋਇਆ ਜਿਸ ਦੇ ਕਾਰਨ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਦੱਸ ਦਈਏ ਕਿ ਹੁਸ਼ਿਆਰਪੁਰ ਦੇ ਟਾਂਡਾ ਦੇ ਰੇਲਵੇ ਫਾਟਕ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੋਟਾਸ ਦੇ ਵਿੱਚ ਬਲਾਸਟ ਹੋਇਆ ਤੇ ਇੱਕ ਗੇਟਮੈਨ ਇਸ ਘਟਨਾ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਝੁਲਸਿਆ। ਹਾਲਾਂਕਿ ਰੇਲਵੇ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜਾਂਚ ਜੋ ਹੈ ਲਗਾਤਾਰ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਪੋਟਾਸ਼ ਪਈ ਸੀ ਉਸਦੇ ਵਿੱਚ, ਅਚਾਨਕ ਹੀ ਬਲਾਸਟ ਹੋਇਆ ਜਿਸ ਦੇ ਕਾਰਨ ਗੇਟਮੈਨ ਦਾ ਜੋ ਪੈਰ ਹੈ ਉਹ ਝੁਲਸ ਗਿਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਹਾਲੇ ਵੀ ਇਸ ਧਮਾਕੇ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲੀ ਹੈ, ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ। ਅਸੀਂ ਮੌਕੇ ਤੇ ਪਹੁੰਚੇ, ਹੁਣ ਇਨਫੋਰਮੇਸ਼ਨ ਮਿਲੀ ਸੀ, ਆ ਕੇ ਦੇਖੇ ਕੋਈ ਛੋਟਾ ਪਟਾਕਾ ਟਾਈਪ ਹੈ, ਕੋਈ ਵੱਡਾ ਬਲਾਸਟ ਨਹੀਂ ਹੈਗਾ, ਇਹ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ। ਸਿੰਪਲ ਕੋਈ ਪੋਟਾਸ਼ ਟਾਈਪ ਜਾਂ ਛੋਟੇ ਕਿਸੇ ਜਾਰਾਂ ਨੂੰ ਭਿਆਉਣ ਵਾਸਤੇ ਜਿਹੜਾ ਰੱਖਿਆ ਜਾਂਦਾ ਉਹ ਹੈਗਾ, ਮਾਈਨਰ ਪਟਾਕਾ ਸੀ, ਕੋਈ ਬਲਾਸਟ ਨਹੀਂ। ਕਿਸੇ ਦੀ ਇੰਜਰੀ ਹੋਈ ਹੈ? ਇੰਜਰੀ ਕੋਈ ਗੇਟਮੈਨ ਦੇ ਸਵੈਲਿੰਗ ਆਈ ਹੈ ਪੈਰ 'ਤੇ, ਮੂਲ ਦੀ ਇੰਜਰੀ ਹੈ, ਇੰਜਰੀ ਨਹੀਂ ਇਕੱਲੀ ਸਵੈਲਿੰਗ। ਯਾਤਾਯਾਤ ਯਾਤਾਯਾਤ ਜਿਹੜਾ ਆਵਾਜਾਈ ਜਿਹੜੀ ਰੇਲਵੇ ਦੀ ਫਿਲਹਾਲ ਰੋਕੀ, ਹੁਣ ਕਲੀਅਰ ਕਰ ਦਿਓ। ਕੋਈ ਫੋਰੈਂਸਿਕ ਟੀਮ ਵੀ ਵਗੈਰਾ ਵੀ ਆ ਰਹੀ ਹੈ? ਬੁਲਾਏ ਨੇ, ਮੌਕੇ 'ਤੇ ਫੋਰੈਂਸਿਕ ਟੀਮ ਬੁਲਾਈ ਹੈ, ਬੰਬ ਸਸਪੋਜ਼ ਬੁਲਾਏ। ਥੈਂਕ ਯੂ।